ਰੇਸ਼ਮ ਜੀ, ਕਿਉਂਕਿ ਕਈ ਲੰਬੇ ਸਮੇਂ ਤੋਂ ਤੁਹਾਡੀ ਮੰਗਾਂ ਨੂੰ ਲੈ ਕੇ ਤੁਸੀਂ ਪ੍ਰੋਟੈਸਟ ਕਰਦੇ ਆਏ ਹੋ, ਕਈ ਅਧਿਕਾਰੀਆਂ ਦੇ ਨਾਲ ਵੀ ਤੁਹਾਡੀ ਮੀਟਿੰਗ ਹੋਈ ਹੈ, ਮੁੱਖ ਮੰਤਰੀ ਮੰਤਰੀਆਂ ਦੇ ਨਾਲ ਵੀ ਤੁਹਾਡੀ ਮੀਟਿੰਗ ਹੋਈ ਹੈ, ਕਿਸੇ ਵੀ ਤਰ੍ਹਾਂ ਦਾ ਹੱਲ ਕੋਈ ਨਿਕਲਿਆ ਹਜੇ ਤੱਕ, ਤੇ ਹੁਣ ਤੁਹਾਡਾ ਅਗਲਾ ਰਣਨੀਤੀ ਕੀ? ਦੇਖੋ ਜੀ, ਹੱਲ ਹਰ ਵਾਰ ਮੀਟਿੰਗ ਦੇ ਵਿੱਚ ਇਹ ਗੱਲ ਕਹਿ ਦਿੱਤੀ ਜਾਂਦੀ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ, ਵਾਜਬ ਆ, ਕਿਉਂਕਿ ਲਗਾਤਾਰ ਮੁਲਾਜ਼ਮਾਂ ਨੂੰ, ਜਿਹੜੇ ਕੱਚੇ ਮੁਲਾਜ਼ਮ ਅਸੀਂ ਕੰਮ ਕਰਦੇ ਹਾਂ, 14-15 ਸਾਲ ਹੋ ਗਏ ਸਾਨੂੰ ਇਹਨਾਂ ਅਦਾਰਿਆਂ 'ਚ ਕੰਮ ਕਰਦਿਆਂ ਨੂੰ, ਸੋ ਸਮਾਂ ਸੀਮਾ ਵੀ ਪੂਰੀ ਆ, ਜਿਹੜੀਆਂ ਤਨਖਾਹਾਂ ਦੇਣੀਆਂ ਉਹ ਵੀ ਲਗਭਗ ਅਸੀਂ ਲੈ ਰਹੇ ਹਾਂ, ਸਰਕਾਰ ਦੇ ਖਜ਼ਾਨੇ 'ਤੇ ਕੋਈ ਵਿੱਤੀ ਬੋਝ ਨਹੀਂ। ਦੂਸਰੀ ਗੱਲ ਕਿ ਅਦਾਰੇ ਖੁਦ ਮੁਖਤਿਆਰ ਨੇ ਦੋਨੋਂ ਹੀ, ਚਾਹੇ ਪਣਵਸ ਦੀ ਗੱਲ ਕਰੀਏ ਚਾਹੇ PITC ਦੀ, ਸੋ ਜੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਂਦਾ ਸਰਕਾਰੀ ਖਜ਼ਾਨੇ 'ਤੇ ਕੋਈ ਬੋਝ ਨਹੀਂ। ਪਰੰਤੂ ਹਾਲਾਤ ਇਹੋ ਜਿਹੇ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਸਾਡੇ ਨਾਲ ਬੈਠ ਕੇ 1 ਜੁਲਾਈ ਨੂੰ ਮੀਟਿੰਗ ਕੀਤੀ ਗਈ, ਜਿਹਦੇ 'ਚ ਪੈਨਲ ਮੀਟਿੰਗ ਸੀ, ਪੰਜਾਬ ਦੇ ਚੀਫ ਸੈਕਟਰੀ ਵੀ ਬੈਠੇ ਸਨ, ਪੰਜਾਬ ਦੇ ਐਡਵੋਕੇਟ ਜਨਰਲ ਵੀ ਬੈਠੇ ਸਨ, ਦੋਨੋਂ ਅਧਿਕਾਰੀ ਨਾਲ ਸੀ। ਉਸ ਮੀਟਿੰਗ 'ਚ ਵੀ ਇਹ ਤੈਅ ਹੋਇਆ ਕਿ ਤੁਹਾਡੀਆਂ ਮੰਗਾਂ ਜਾਇਜ਼ ਅਤੇ ਕਮੇਟੀ ਬਣਾ ਕੇ ਇੱਕ ਪਾਲਿਸੀ ਤਿਆਰ ਕੀਤੀ ਜਾਵੇ ਜਿਹਦੇ 'ਚ ਤੁਹਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ। ਪਰੰਤੂ 1 ਮਹੀਨੇ ਦਾ ਸਮਾਂ ਤੈਅ ਕੀਤਾ ਗਿਆ, ਪੰਜਾਬ ਦੇ ਚੀਫ ਸੈਕਟਰੀ ਵੱਲੋਂ ਲੈਟਰ ਜਾਰੀ ਕੀਤੀ ਗਈ। ਅੱਜ 1 ਮਹੀਨੇ ਦੀ ਬਜਾਏ ਅਸੀਂ ਕਹਿ ਸਕਦੇ ਹਾਂ ਕਿ 2.5 ਮਹੀਨੇ ਤੋਂ ਪਲੱਸ ਦਾ ਸਮਾਂ ਹੋ ਚੁੱਕਾ ਹੈ, ਪਰੰਤੂ ਉਸ ਕਮੇਟੀ ਦੀ ਅਜੇ ਤੱਕ ਕੋਈ ਰਿਪੋਰਟ ਨਹੀਂ ਆਈ। ਜਿਹੜੇ ਆ ਸਾਡੀਆਂ ਮੰਗਾਂ ਸੀਗੀਆਂ ਵਾਜਬ, ਅਸੀਂ ਕਹਿੰਦੇ ਸੀ ਕਿ ਸਰਕਾਰੀ ਬੱਸਾਂ ਦੀ ਗਿਣਤੀ 10,000 ਕਰੋ, ਉਹਦੇ ਉਲਟ ਸਰਕਾਰ ਕੀ ਕਰ ਰਹੀ ਹੈ ਕਿ ਪੰਜਾਬ ਅੰਦਰ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਜਿਹੜੀਆਂ ਉਹ ਕਿਲੋਮੀਟਰ ਸਕੀਮ ਦੇ ਨਾਂ 'ਤੇ ਸਰਕਾਰੀ ਅਦਾਰਿਆਂ 'ਚ ਪਾਉਣ ਦੀ ਤਿਆਰੀ ਕਰ ਰਹੀ ਹੈ, ਜਿਹੜੀਆਂ ਬੱਸਾਂ ਵੱਡੇ ਪੱਧਰ 'ਤੇ ਕਰੋੜਾਂ ਰੁਪਈਆ ਜਿਹੜਾ ਕਹਿ ਸਕਦੇ ਸਾਡੇ ਅਦਾਰੇ ਨੂੰ ਚੂਨਾ ਲਾਉਣਗੀਆਂ, ਕਿਉਂਕਿ ਇੱਕ ਬੱਸ ਲਗਭਗ 5 ਸਾਲਾਂ ਜਾਂ 6 ਸਾਲਾਂ ਦੀ ਗੱਲ ਕਰੀਏ ਤਾਂ 1 ਕਰੋੜ ਤੋਂ ਲੈ ਕੇ 1.25 ਕਰੋੜ ਰੁਪਈਆ ਇੱਕ ਬੱਸ ਦਾ ਮਾਲਕ ਲੈ ਜੂਗਾ, ਨਾਲ ਹੀ ਉਹ ਬੱਸ ਵੀ ਲੈ ਜਾਏਗਾ। ਸੋ ਪਲੱਸ ਉਹਦੇ 'ਚ ਕੀ ਹੋਣਾ ਕਿ ਜੇ ਅਸੀਂ ਸਰਕਾਰੀ ਬੱਸ ਪਾਉਂਦੇ ਹਾਂ ਤਾਂ ਸਰਕਾਰੀ ਬੱਸ 30 ਲੱਖ 'ਚ ਪੈਂਦੀ ਹੈ ਅਤੇ 15 ਸਾਲ ਸਾਡੇ ਅਦਾਰੇ 'ਚ ਕੰਮ ਕਰਦੀ ਆ, ਕਹਿਣ ਤੋਂ ਭਾਵ ਲੋਕਾਂ ਨੂੰ 15 ਸਾਲ ਸਹੂਲਤ ਦਿੰਦੀ ਆ। ਸੋ ਇਹਦੇ ਉਲਟ ਸਾਡੇ ਮਹਿਕਮੇ ਦੀ ਲੁੱਟ ਕਰਾਉਣ ਦੀ ਤਿਆਰੀ ਕੀਤੀ ਜਾ ਰਹੀ ਆ, ਸਾਡੇ ਮਹਿਕਮੇ 'ਚ ਕਰਪਸ਼ਨ ਜਿਹੜੀ ਉਹ ਸਿਖਰਾਂ 'ਤੇ ਆ। ਅਸੀਂ ਹਰ ਇੱਕ ਪਾਸੇ ਅਧਿਕਾਰੀਆਂ ਨੂੰ ਜਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਤੱਕ, ਚੀਫ ਸੈਕਟਰੀ ਤੱਕ ਅਸੀਂ ਜਿਹੜੀ ਆ ਲਿਖਤੀ ਸ਼ਿਕਾਇਤ ਕਰ ਚੁੱਕੇ ਹਾਂ, ਪਰੰਤੂ ਜਿਹੜੀਆਂ ਸ਼ਿਕਾਇਤਾਂ ਦੇ ਬਾਵਜੂਦ ਵੀ ਜਿਹੜੀ ਕਰਪਸ਼ਨ ਆ ਉਹ ਕਰਪਸ਼ਨ ਰੁਕਣ ਦਾ ਨਾਂ ਨਹੀਂ ਲੈ ਰਹੀ, ਕਰਪਸ਼ਨ ਦਿਨ ਬਰ ਦਿਨ ਵੱਧਦੀ ਜਾ ਰਹੀ ਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਮਜਬੂਰੀ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ, ਜਿਹਦੇ 'ਚ ਸਰਕਾਰੀ ਬੱਸਾਂ ਦੀ ਗਿਣਤੀ 10,000 ਕਰਨੀ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਜਿਹੜੇ ਕੱਢੇ ਗਏ ਮੁਲਾਜ਼ਮ ਬਹਾਲ ਕਰਨਾ, ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ, ਜਿਹੜਾ ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ ਉਹਨੂੰ ਲੈ ਕੇ, ਪਲੱਸ ਨਾਲ ਦੀ ਨਾਲ ਜਿਹੜੇ ਅਦਾਰੇ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਇਸ ਅਦਾਰੇ 'ਚ ਵੱਡੇ ਪੱਧਰ 'ਤੇ ਜਿਹੜਾ ਟਰਾਂਸਪੋਰਟ ਮਾਫੀਆ ਫੈਲਿਆ ਉਹਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਅਸੀਂ ਸੰਘਰਸ਼ ਦਾ ਐਲਾਨ ਕੀਤਾ, ਜਿਹੜਾ ਸੰਘਰਸ਼ ਸਾਡਾ ਅਗਲੇ ਮਹੀਨੇ ਦੀ 21 ਤਰੀਕ ਤੋਂ ਅਸੀਂ ਹੜਤਾਲ 'ਤੇ ਜਾਣ ਲਈ ਮਜਬੂਰ ਹੋਵਾਂਗੇ, ਕਿਉਂਕਿ ਸਾਨੂੰ ਲੱਗਦਾ ਕਿ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਬਚਿਆ। ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਮੀਟਿੰਗ ਕਰ ਲਈ, ਉਹਨਾਂ ਨੇ ਵੀ ਭਰੋਸਾ ਦੇ ਦਿੱਤਾ ਕਿ ਤੁਹਾਡਾ ਮਸਲਾ ਜਿਹੜਾ ਅਸੀਂ ਜਲਦੀ ਹੱਲ ਕਰ ਦਾਂਗੇ, ਮਹੀਨੇ ਦਾ ਸਮਾਂ ਵੀ ਦੇ ਦਿੱਤਾ। ਜੁਲਾਈ 'ਚ ਤੁਹਾਡੀ ਮੀਟਿੰਗ ਹੋਈ ਸੀ ਮੁੱਖ ਮੰਤਰੀ ਨਾਲ, ਉਸ ਤੋਂ ਬਾਅਦ ਤੁਹਾਡੀ ਕੋਈ ਮੀਟਿੰਗਸ ਹੋਈ ਅਧਿਕਾਰੀਆਂ ਦੇ ਨਾਲ? ਕਿਉਂਕਿ ਪਿਛਲੇ ਦਿਨਾਂ ਵੀ ਤੁਹਾਡੀ ਮੀਟਿੰਗ, ਪਿਛਲੇ ਮਹੀਨੇ ਵੀ ਤੁਹਾਡੀ ਮੀਟਿੰਗ ਹੋ ਕੇ ਹਟੀ ਹੈ ਜਿਹਦੇ ਵਿੱਚ ਤੁਸੀਂ ਜਿਹੜੀ ਗੱਲਬਾਤ ਕੀਤੀ ਸੀ। ਉਸ ਤੋਂ ਬਾਅਦ ਅਸੀਂ ਮਹਿਕਮੇ ਦੇ ਅਧਿਕਾਰੀ ਜਿਹੜੇ ਸਾਡੇ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ, ਉਹਨਾਂ ਨਾਲ ਲਗਾਤਾਰ 3-4 ਮੀਟਿੰਗਾਂ ਕਰ ਚੁੱਕੇ, 1 ਮੀਟਿੰਗ ਸਾਡੇ ਟਰਾਂਸਪੋਰਟ ਮਿਨਿਸਟਰ ਨਾਲ ਵੀ ਹੋ ਚੁੱਕੀ ਆ, ਕਿਉਂਕਿ ਉਹਨਾਂ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਦੇ ਮੈਂਬਰ ਨੇ ਜਿਹੜੇ ਟਰਾਂਸਪੋਰਟ ਮਿਨਿਸਟਰ, ਟਰਾਂਸਪੋਰਟ ਸੈਕਟਰੀ, ਉਸ ਤੋਂ ਬਾਅਦ ਸਾਡੇ ਦੋਨਾਂ ਵਿਭਾਗਾਂ ਦੇ ਜਿਹੜੇ MD ਨੇ ਉਹਨਾਂ ਨੂੰ ਲਗਾਇਆ ਗਿਆ, ਉਹਨਾਂ ਨਾਲ ਅਸੀਂ ਵਾਰ-ਵਾਰ ਮੀਟਿੰਗਾਂ ਕਰ ਚੁੱਕੇ ਹਾਂ, ਉਹਨਾਂ ਨਾਲ ਰਾਬਤਾ ਵੀ ਕਾਇਮ ਕਰ ਚੁੱਕੇ ਹਾਂ ਕਿ ਸਾਡਾ ਕੋਈ ਨਾ ਕੋਈ ਡਿਸੀਜਨ ਲਿਆ ਜਾਵੇ, ਸਾਡਾ ਫਾਈਨਲ ਕੀਤਾ ਜਾਵੇ। ਜਿਹੜੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਦਾ ਡਿਸੀਜਨ ਕੀ ਉਹ ਕਲੀਅਰ ਕੀਤਾ ਜਾਵੇ ਤਾਂ ਜੋ ਸਾਡਾ ਹੱਲ ਨਿਕਲ ਸਕੇ। ਪਰੰਤੂ ਕਿਸੇ ਵੀ ਗੱਲ ਨੂੰ ਸਿਰੇ ਨਹੀਂ ਲਾਇਆ ਜਾ ਰਿਹਾ, ਜਿਸ ਮਜਬੂਰੀ ਵਿੱਚ ਸਾਨੂੰ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਜਿਹੜੇ ਕੀਤੇ ਹੋਏ ਹੁਕਮ ਨੇ ਉਹਨਾਂ ਨੂੰ ਵੀ ਸਾਡਾ ਮਹਿਕਮਾ ਜਿਹੜਾ ਉਹ ਟਿੱਚ ਜਾਣਦਾ। ਗਿੱਲ ਸਾਹਿਬ, ਕਿੰਨੇ ਕੁ ਮੁਲਾਜ਼ਮ ਨੇ ਤੁਹਾਡੇ ਜਿਹੜੇ ਕੰਟਰੈਕਟ ਵਰਕਰਸ ਦੇ, ਅਤੇ ਕਿੰਨੇ ਕੁ ਪਰਿਵਾਰਾਂ ਦਾ ਜਿਹੜਾ ਹੈਗਾ ਇੱਥੇ? ਸਾਡੇ ਕੋਲ ਲਗਭਗ ਜਿਹੜਾ
7500 ਮੁਲਾਜ਼ਮ ਹੈ, 7500-7600 ਮੁਲਾਜ਼ਮ ਹੈ ਜਿਹੜਾ ਸਾਡੇ ਕੋਲ ਕੱਚਾ ਕੰਮ ਕਰਦਾ, ਜਿਹੜਾ ਇਹਨਾਂ ਅਦਾਰਿਆਂ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਕਹਿ ਸਕਦੇ ਕੁਛ 2004 ਤੋਂ ਨੇ, ਕੁਛ 7 ਤੋਂ ਨੇ, ਕੁਛ ਮੁਲਾਜ਼ਮ ਜਿਹੜੇ ਨੇ ਉਹ 2014-15 ਤੋਂ ਕੰਟਰੈਕਟ 'ਤੇ ਭਰਤੀ ਹੋਏ ਨੇ। ਸੋ ਲਗਭਗ 2000 ਦੇ ਕਰੀਬ ਮੁਲਾਜ਼ਮ ਜਿਹੜਾ ਵਾ ਕੰਟਰੈਕਟ 'ਤੇ, ਅਤੇ ਲਗਭਗ 5500 ਦੇ ਕਰੀਬ ਜਿਹੜਾ ਮੁਲਾਜ਼ਮ ਆ ਉਹ ਸਾਡੇ ਕੋਲ ਆਊਟਸੋਰਸਿੰਗ 'ਤੇ ਕੰਮ ਕਰਦਾ ਆ ਰਿਹਾ। ਸੋ ਉਹਨਾਂ ਦੀਆਂ ਮੰਗਾਂ ਅਤੇ ਆਸਾਂ ਸੀਗੀਆਂ ਸਰਕਾਰ ਤੋਂ ਕਿ ਸਰਕਾਰ ਆਊਗੀ ਅਤੇ ਸਾਡਾ ਕੋਈ ਹੱਲ ਕਰੇਗੀ, ਪਰ 3 ਸਾਲ ਬੀਤ ਗਏ, ਇਹ ਸਰਕਾਰ ਵੀ ਪਹਿਲੀਆਂ ਪ੍ਰਾਈਵੇਟ ਬੱਸਿਸ ਨੇ ਉਹਨਾਂ ਦੀ ਟਾਈਮਿੰਗ ਨੂੰ ਲੈ ਕੇ ਵੀ ਇਲਜ਼ਾਮ ਲੱਗਦਾ ਨਜ਼ਰ ਆ ਰਿਹਾ, ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ, ਕਿਉਂਕਿ ਸਰਕਾਰ ਵੱਲੋਂ ਵੀ ਕਿਹਾ ਗਿਆ ਕਿ ਟਾਈਮਿੰਗ ਨੂੰ ਲੈ ਕੇ ਕਿਤੇ ਨਾ ਕਿਤੇ? ਦੇਖੋ ਜੀ, ਅਸੀਂ ਵੱਡੇ ਪੱਧਰ 'ਤੇ ਗੱਲ ਚੁੱਕਦੇ ਆ ਰਹੇ ਹਾਂ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਟਾਈਮ ਟੇਬਲਾਂ ਦੇ ਵਿੱਚ ਵੱਡੇ ਪੱਧਰ 'ਤੇ ਧਾਂਦਲੀ ਹੋਈ ਆ, ਉਹ ਟਾਈਮ ਟੇਬਲਾਂ ਨੂੰ ਸਹੀ ਕਰੇ, ਕਿਉਂਕਿ ਪਿਛਲੇ ਸਮੇਂ 'ਚ ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਸਮੇਂ ਵੀ ਅਸੀਂ ਟਾਈਮ ਟੇਬਲਾਂ ਪਿੱਛੇ ਰੌਲਾ ਪਾਉਂਦੇ ਰਹੇ। ਉਸ ਸਮੇਂ ਦੇ ਟਰਾਂਸਪੋਰਟ ਮਿਨਿਸਟਰ ਰਾਜਾ ਵੜਿੰਗ ਨੇ ਵੀ ਕੁਝ ਸੋਧ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰੰਤੂ ਥੋੜ੍ਹਾ ਸਮਾਂ ਸੀਗਾ। ਹੁਣ ਨਵੇਂ ਮੰਤਰੀ ਬਣੇ ਨੇ, ਇਹਨਾਂ ਨਾਲ ਵੀ ਅਸੀਂ ਵਾਰ ਵਾਰ ਰਾਬਤਾ ਕਾਇਮ ਕਰ ਚੁੱਕੇ ਹਾਂ, ਕਿਉਂਕਿ ਟਾਈਮ ਟੇਬਲ ਜਿਹੜੇ ਉਹ ਆਰਟੀਓ ਵੱਲੋਂ ਬਣਾਏ ਜਾਂਦੇ ਆ ਜਾਂ ਟਾਈਮ ਟੇਬਲ ਜਿਹੜੇ ਉਹ ਜਨਰਲ ਮੈਨੇਜਰਾਂ ਵੱਲੋਂ ਬਣਾਏ ਜਾਂਦੇ ਆ। ਸੋ ਕਿਤੇ ਨਾ ਕਿਤੇ ਪ੍ਰਾਈਵੇਟਾਂ ਦੇ ਹੱਕ ਦੇ ਵਿੱਚ ਟਾਈਮ ਟੇਬਲ ਬਣਦੇ ਆ, ਪ੍ਰਾਈਵੇਟ ਆਪਰੇਟਰਾਂ ਨੂੰ ਵੱਧ ਟਾਈਮ ਦਿੱਤਾ ਜਾਂਦਾ ਅਤੇ ਜਿਹੜੇ ਸਰਕਾਰੀ ਬੱਸਾਂ ਨੇ ਉਹਨਾਂ ਨੂੰ ਘੱਟ ਟਾਈਮ ਦਿੱਤਾ ਜਾਂਦਾ। ਕਈਆਂ ਜਗ੍ਹਾ 'ਤੇ ਤਾਂ ਇਹੋ ਜਿਹੇ ਹਾਲਾਤ ਹੈ ਕਿ ਸਰਕਾਰੀ ਬੱਸਾਂ ਦਾ ਜਿਹੜਾ ਰਨਿੰਗ ਟਾਈਮ ਕਹਿ ਸਕਦੇ ਕਿ ਜੇ 1 ਘੰਟੇ 'ਚ ਬੱਸ ਨੇ ਪਹੁੰਚਣਾ ਹੈ ਤਾਂ ਉਹਨੂੰ 1.5 ਘੰਟੇ ਦੇ ਵਿੱਚ ਮੋੜਿਆ ਗਿਆ, ਅਤੇ ਕਿਸੇ ਜਗ੍ਹਾ 'ਤੇ ਉਹਨੂੰ ਅਸੀਂ ਕਹਿ ਸਕਦੇ ਕਿ 1.5 ਘੰਟੇ 'ਚ ਹੀ ਮੋੜਿਆ ਗਿਆ, ਜਦਕਿ ਬੱਸ ਉੱਥੇ ਪਹੁੰਚ ਹੀ ਨਹੀਂ ਸਕਦੀ, ਉਹਦਾ ਪੋਸੀਬਲ ਹੀ ਨਹੀਂ ਪਹੁੰਚਣਾ ਉੱਥੇ। ਟਾਈਮਿੰਗ ਜਿਹੜੀ ਗਲਤ ਕੀਤੀ ਗਈ, ਉਹਦੇ ਨਾਲ ਬੈਨੀਫਿਟ ਜਿਹੜਾ ਉਹ ਪ੍ਰਾਈਵੇਟ ਆਪਰੇਟਰਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਪ੍ਰਾਈਵੇਟ ਆਪਰੇਟਰਾਂ ਦੇ ਅੱਗੇ ਟਾਈਮ ਮਿਸ ਹੋ ਜਾਣ ਅਤੇ ਉਹ ਬੈਨੀਫਿਟ ਉਹਨਾਂ ਨੂੰ ਦਿੱਤਾ ਜਾਵੇ।